ਕਿਹਾ ਜਾਂਦਾ ਹੈ ਕਿ ਦੋਸਤ ਭਰਾਵਾਂ ਤੋਂ ਵੱਧ ਕੇ ਹੁੰਦੇ ਹਨ ਅਤੇ ਦੋਸਤ ਪਰਿਵਾਰਿਕ ਦੁੱਖ ਸੁੱਖ ਵਿੱਚ ਆਪਣਾ ਸਾਥ ਨਿਭਾਉਂਦੇ ਹਨ। ਪਰ ਜ਼ਿਲ੍ਹਾ ਬਰਨਾਲਾ ਦੇ ਭਦੌੜ ਵਿੱਚ ਇੱਕ ਦੋਸਤ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਦੇਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਇੱਕ ਦੋਸਤ ਨੇ ਆਪਣੇ ਹੀ ਦੋਸਤ ਦੀ ਨਾਬਾਲਗ 17 ਸਾਲਾਂ ਧੀ ਨਾਲ ਬਲਾਤਕਾਰ ਕਰਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। SHO ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਪੀੜਤ ਲੜਕੀ ਦੇ ਪਿਤਾ ਦਾ ਦੋਸਤ ਸੀ ਅਤੇ ਪੁਲਿਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਲਾਭ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭਦੌੜ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਵੱਲੋਂ ਫਰਾਰ ਦੋਸ਼ੀ ਦੀ ਭਾਲ ਜਾਰੀ ਹੈ। ਉੱਥੇ ਹੀ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਭਦੌੜ ਨਗਰ ਕੌਂਸਲ ਦਾ ਮੌਜੂਦਾ ਕੌਂਸਲਰ ਵੀ ਦੱਸਿਆ ਜਾ ਰਿਹਾ ਹੈ। ਸਾਡੇ ਥਾਣਾ ਭਦੌੜ ਦੇ ਇਲਾਕੇ ਦੇ ਏਰੀਏ ਵਿੱਚ ਇੱਕ ਨਾਬਾਲਗ ਲੜਕੀ ਦੇ ਬਾਪ ਵੱਲੋਂ ਇੱਕ ਸਾਡੇ ਕੋਲ ਬਿਆਨ ਲਿਖਾਏ ਗਏ ਹੈਗੇ ਕਿ ਇੱਕ ਦੋਸ਼ੀ ਨੇ ਜਿਹੜਾ ਲਾਭ ਸਿੰਘ ਸਨ ਉਹ ਗੁਰਦੇਵ ਸਿੰਘ ਭਦੌੜ ਦਾ ਉਹਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਦਾ ਜਿਹੜਾ ਮੈਡੀਕਲ ਕਰਵਾਇਆ ਜਾ ਚੁੱਕਾ ਹੈ। ਦੋਸ਼ੀ 'ਤੇ ਕਾਫੀ ਰੇਡ ਕੀਤੇ ਗਏ ਨੇ, ਹਜੇ ਗ੍ਰਿਫਤ ਤੋਂ ਬਾਹਰ ਹੈ, ਜਲਦੀ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। ਹਾਂਜੀ, ਲੜਕੀ ਦਾ ਮੈਡੀਕਲ ਕਰਵਾਇਆ ਜਾ ਚੁੱਕਾ ਹੈ। ਧਾਰਾ 376(2)(n) ਅਤੇ ਪੋਕਸੋ ਐਕਟ 346 ਅਧੀਨ ਤਾਰ ਪਰਚਾ ਦਰਜ ਕੀਤਾ ਗਿਆ। ਹਾਂ, ਇਹਨਾਂ ਦੇ ਕੋਈ ਆਪਸੀ ਪਰਿਵਾਰਕ ਸੀਗੇ ਸ਼ਾਇਦ, ਜਿੱਥੋਂ ਪਤਾ ਲੱਗਿਆ ਹੈਗਾ ਵੀ ਆਪਸ ਦੋਸਤ ਸੀਗੇ ਇਹ ਜਿਹੜੇ ਆ ਲੜਕੀ ਦਾ ਬਾਪ ਅਤੇ ਜੋ ਮੁਰਜਮ ਹੈ ਉਹ ਕਿਤੇ ਘਰ ਦੀ ਉਹਨੂੰ ਜ਼ਿੰਮੇਵਾਰੀ ਸੰਭਾਲ ਕੇ ਗਿਆ ਸੀ, ਭਾਈ ਨਿਗਾਹ ਰੱਖੀ ਅਤੇ ਮਗਰੋਂ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਗ੍ਰਿਫਤਾਰੀ ਨੇ ਰੇਡ ਕੀਤੇ ਜਾ ਰਹੇ ਨੇ, ਟਲਿਆ ਹੋਇਆ ਗ੍ਰਿਫਤਾਰੀ ਤੋਂ, ਕੁਛ ਭੱਜਿਆ ਹੋਇਆ, ਜਲਦੀ ਗ੍ਰਿਫਤਾਰ ਕਰ ਲਵਾਂਗੇ। ਇੱਕ ਦੋਸ਼ੀ ਹੈ। बरनाला तो हरप्रीत छन्ना की रिपोर्ट। अपनी फैमिली की हेल्थ से नो कॉम्प्रोमाइज, पिए सिर्फ साफ सुथरा और केमिकल अशुद्धियों से मुक्त पानी। समर्थ आरो वाटर प्योरीफायर, शुद्ध पियो, स्वस्थ जियो।